ਪੰਜਾਬ ਦੇ ਸਾਬਕਾ ਮੰਤਰੀ ਗੁਲਜ਼ਾਰ ਸਿੰਘ ਰਣੀਕੇ ਵੱਲੋਂ ਸ਼੍ਰੋਮਣੀ ਅਕਾਲੀ ਦਲ ਬਾਦਲ ਪਾਰਟੀ ਦੇ ਵਰਕਰਾਂ ਨਾਲ ਇੱਕ ਮੀਟਿੰਗ ਕੀਤੀ ਗਈ। ਉੱਥੇ ਉਹਨਾਂ ਨੇ ਕਾਂਗਰਸ ਸਰਕਾਰ ਦਾ ਲੇਖਾ ਜੋਖਾ ਗਿਣਾਉਂਦਿਆਂ ਹੋਇਆ ਕਾਂਗਰਸ ਦੀ ਸੂਬਾ ਸਰਕਾਰ ਤੇ ਸ਼ਬਦੀ ਹਮਲੇ ਕਰਦਿਆਂ ਕਿਹਾ ਕਿ ਕਾਂਗਰਸ ਸਰਕਾਰ ਨੇ ਗਰੀਬਾਂ ਨਾਲ ਕੀਤੇ ਵਾਅਦਿਆਂ ਮੁਤਾਬਿਕ ਉਹਨਾਂ ਨੂੰ ਸਹੂਲਤਾਂ ਤਾਂ ਕੀ ਦੇਣੀਆਂ ਸੀ, ਉਲਟਾ ਉਹਨਾਂ ਨੂੰ ਅਕਾਲੀ ਸਰਕਾਰ ਵੱਲੋਂ ਮਿਲੀਆਂ ਸਹੂਲਤਾਂ ਵੀ ਬੰਦ ਕਰਵਾ ਦਿੱਤੀਆਂ ਗਈਆਂ। ਅੱਜ ਸਾਡਾ ਕਾਫੀ ਸਮੇਂ ਤੋਂ ਪੰਜਾਬ ਦੇ ਵਿੱਚ ਹਲਕੇ ਵਾਈ ਜਿਹੜੇ ਵੱਖ ਵੱਖ ਵਿੰਗਾਂ ਦਾ ਪ੍ਰੋਗਰਾਮ ਚੱਲ ਰਿਹਾ ਅਕਾਲੀ ਦਲ ਵੱਲੋਂ, ਔਰ ਪ੍ਰਧਾਨ ਸਾਹਿਬ ਆਪ ਵੀ ਲੱਗੇ ਨੇ, ਉਹ ਰੂਬਰੂ ਸਾਰੇ ਵਰਕਰਾਂ ਨਾਲ ਹੋ ਰਿਹਾ ਅਤੇ ਕਰੀਬ 2 ਸਾਲ ਦੇ ਲਗਭਗ ਸਰਕਾਰ ਬਣੀ ਨੂੰ ਹੋ ਗਏ, ਕਾਂਗਰਸ ਦੀ ਨੂੰ 3ਰਾ ਸਾਲ ਲੱਗਣ ਜਾ ਰਿਹਾ ਅਤੇ ਬੜਾ ਲੰਮਾ ਸਮਾਂ ਦੇਖਿਆ ਵੀ ਮਤਲਬ ਜਿਹੜੇ ਵਾਅਦੇ ਬੜੇ ਵੱਡੇ ਕੀਤੇ ਸੀ 2017 ਦੇ ਵਿੱਚ ਅਸੈਂਬਲੀ ਦੀਆਂ ਚੋਣਾਂ ਜਿਹੜਵਾਈਆਂ, ਉੱਥੇ ਜਿੱਥੇ ਕਿਸਾਨ ਵੀਰਾਂ ਨਾਲ ਕੀਤੇ ਜਾਂ ਮੁਲਾਜ਼ਮਾਂ ਨਾਲ ਜਾਂ ਨੌਜਵਾਨਾਂ ਨਾਲ ਦੇ ਸਭ ਤੋਂ ਵੱਡੇ ਵਾਅਦੇ ਜਿਹੜੇ ਸੀ ਉਹ ਐਸੀ ਭਾਈਚਾਰੇ ਨਾਲ ਸੀ ਵੀ ਜਿਹੜੀਆਂ ਸਕੀਮਾਂ ਚੱਲ ਰਹੀਆਂ ਨੇ ਭਲਾਈ ਸਕੀਮਾਂ ਸੀ ਉਹਨਾਂ 'ਚ ਅਸੀਂ 2-2, 3-3 ਗੁਣਾ ਵਾਧਾ ਕਰਾਂਗੇ। ਜਿਸ ਤਰ੍ਹਾਂ ਮੰਨ ਲਓ ਮਿਸਾਲ ਦੇ ਤੌਰ 'ਤੇ ਸ਼ਗਨ ਸਕੀਮ ਜਿਹੜੀ ਸੀ ਉਹ 5100 ਤੋਂ ਸ਼ੁਰੂ ਕੀਤੀ ਬਾਦਲ ਸਾਹਿਬ ਦੇ ਵੇਲੇ ਅਤੇ 15000 ਮਿਲਦੀ ਅਤੇ ਇਹਨਾਂ ਦਾ ਵਾਅਦਾ ਸੀ ਕਿ ਅਸੀਂ 15000 ਤੋਂ ਵਧਾ ਕੇ 51000 ਜਿਹੜਾ ਉਹ ਕਰਾਂਗੇ, ਸਾਨੂੰ ਵੋਟਾਂ ਪਾ ਦੇਈਏ। ਇਸੇ ਤਰ੍ਹਾਂ ਆਟਾ ਦਾਲ ਦੀ ਸਕੀਮ ਵੀ ਅਸੀਂ ਸ਼ੁਰੂ ਕੀਤੀ ਸੀ ਸ਼੍ਰੋਮਣੀ ਅਕਾਲੀ ਦਲ ਨੇ, ਉਹਦੇ ਵਿੱਚ ਇਹਨਾਂ ਨੇ ਕਿਹਾ ਕਿ ਦੇਸੀ ਘਿਓ ਵੀ ਨਾਲ ਦੇਵਾਂਗੇ, ਨਾਲ ਖੰਡ ਦੇਵਾਂਗੇ, ਚਾਹ ਦੇਵਾਂਗੇ ਅਤੇ ਸਾਨੂੰ ਤੁਸੀਂ ਵੋਟਾਂ ਪਾਓ। ਇਸੇ ਤਰ੍ਹਾਂ ਪੈਨਸ਼ਨ ਜਿਹੜੀ ਉਹੀ 500 ਰੁਪਇਆ ਦਿੱਤੀ, ਸ਼ੁਰੂ ਤੋਂ 250 ਤੋਂ ਵਧਾ ਕੇ 500 ਕੀਤੀ, ਔਰ 500 ਦੇ ਕਹਿੰਦੇ ਜੇ ਅਸੀਂ 2000 ਤੋਂ 2500 ਤੱਕ ਜਿਹੜੀ ਉਹ ਤੁਹਾਨੂੰ ਦੇਵਾਂਗੇ। ਇਸ ਤਰ੍ਹਾਂ ਹਰ ਸਕੀਮਾਂ ਦੇ ਵਿੱਚ ਇਹਨਾਂ ਵਾਅਦੇ ਦੀਆਂ ਗੱਲਾਂ ਜਿਹੜੀਆਂ ਕੀਤੀਆਂ ਸੀ। ਜਿਹੜਾ ਘਰਾਂ ਦਾ ਜੂੰਟ ਮਾਫ਼ ਕੀਤਾ ਸੀ 2-2, 400 ਦੋ ਮਹੀਨਿਆਂ ਦਾ, ਉਹ 'ਚ ਕਹਿੰਦੇ ਅਸੀਂ 600 ਕਰਾਂਗੇ, 300 ਮਹੀਨੇ ਦਾ ਜੂੰਟ ਜਿਹੜਾ ਕਰਦਾ ਉਹ ਵਾਅਦਾ ਤਾਂ ਕੀ ਕਰਨਾ। ਅੱਜ ਤੁਸੀਂ ਇੱਥੇ ਕਈ ਬੰਦੇ ਹੱਥਾਂ 'ਚ ਬਿੱਲ ਲਈ ਫਿਰਦੇ ਨੇ, ਉੱਥੇ ਅਸੈਂਬਲੀ ਦੇ ਵਿੱਚ ਵੀ ਬਿੱਲ ਸਾਡੇ ਮਜੀਠੀਆ ਸਾਹਿਬ ਨੇ ਜਦੋਂ ਸਾਰੇ MLA ਸਾਹਿਬਾਨਾਂ ਨੇ ਮੁੱਦਾ ਚੱਕਿਆ, ਉਹ ਬਿੱਲ ਉੱਥੇ ਕਿਸੇ ਦਾ 30000 ਆ ਰਿਹਾ, ਕਿਸੇ ਦਾ 25000 ਆ ਰਿਹਾ, ਕਿਸੇ ਦਾ 50000 ਆ ਰਿਹਾ। ਗਰੀਬ ਇਹਨਾਂ ਨੇ ਇਹਨੇ ਮੇਰਾ ਕੱਚੇ ਮਕਾਨ ਨਹੀਂ ਨਿਕਲੇ, ਉਹ ਮਕਾਨ ਵੇਚ ਕੇ ਵੀ ਨਹੀਂ ਇੰਨਾ ਬਿੱਲ ਦੇ ਸਕਦੇ, ਜਿਹੜੀ ਉਲਟਾ ਜੇਬਾਂ 'ਚੋਂ ਪੈਸੇ ਗਰੀਬਾਂ ਦੇ ਜੀ ਕਢਾਉਣੇ ਸ਼ੁਰੂ ਕਰਦੇ। ਜੇ ਬਿੱਲ ਨਹੀਂ ਦਿੰਦੇ ਤਾਂ ਮੀਟਰ ਕੱਟ ਕੱਟ ਲਈ ਜਾਂਦੇ, ਅੱਜ ਹਨੇਰੇ 'ਚ ਜਿਹੜੇ ਲੋਕ ਉਹ ਬਿਠਾ ਰਹੇ ਨੇ। ਇਸ ਕਰਕੇ ਲੇਖਾ ਜੋਖਾ ਕਰਨ ਵਾਸਤੇ ਜਿਹੜੀਆਂ ਮੀਟਿੰਗਾਂ, ਵੀ ਸਾਡਾ ਗੁਆਚਾ ਕੀ 2 ਸਾਲਾਂ ਦੇ ਵਿੱਚ, ਸਾਨੂੰ ਸਾਡਾ ਨੁਕਸਾਨ ਕੀ ਹੋਇਆ, ਸਕਾਲਰਸ਼ਿਪ ਜਿਹੜੀ ਬੱਚਿਆਂ ਦੀ, ਜਿਹੜੇ ਕਿ ਬੱਚੇ ਕਾਲਜਾਂ 'ਚ ਪੜ੍ਹਨਾ ਚਾਹੁੰਦੇ ਸੀ, ਯੂਨੀਵਰਸਿਟੀਆਂ 'ਚ ਪੜ੍ਹਨਾ ਚਾਹੁੰਦੇ ਸੀ ਜਾਂ ਸਕੂਲਾਂ 'ਚ ਹਾਇਰ ਐਜੂਕੇਸ਼ਨ ਲੈਣੀ ਚਾਹੁੰਦੇ ਸੀ, ਉਹਨਾਂ ਦੀ ਸਕਾਲਰਸ਼ਿਪ ਆਉਂਦੀ ਸੀ, ਵਜ਼ੀਫੇ ਜਿਹੜੇ ਆਉਂਦੇ ਉਹ ਵੀ ਪੈਸਾ ਦਾ ਇੱਧਰ ਉੱਧਰ ਕਰਕੇ ਹੋਰ ਪਾਸੇ ਲਾ ਬੈਠੇ, ਉਹ ਚਰਿਆ ਜੀ ਘਰਾਂ 'ਚ ਬੈਠ ਕੇ ਉਹਨਾਂ ਨੇ ਸੜਕਾਂ 'ਤੇ ਵੀ ਆਏ, ਸ਼੍ਰੋਮਣੀ ਅਕਾਲੀ ਦਲ ਐਸ ਸੀ ਵੱਲੋਂ ਅਸੀਂ ਜਲੰਧਰ 'ਚ ਧਰਨਾ ਵੀ ਲਾਇਆ, ਉੱਥੇ ਮਾਣਯੋਗ ਸਾਡੇ ਪ੍ਰਧਾਨ ਸਾਹਿਬ ਵੀ ਆਏ, ਆਪ ਵੀ ਸੀਨੀਅਰ ਲੀਡਰਸ਼ਿਪ ਵੀ, ਉੱਥੇ ਕੋਈ ਇਨਸਾਫ਼ ਨਹੀਂ ਮਿਲਿਆ। ਇੱਕ ਤਾਂ ਵਰਦੀਆਂ ਬੱਚਿਆਂ ਨੂੰ ਜਿਹੜੀਆਂ ਉਹ ਗਰਮ ਵਰਦੀਆਂ ਮਿਲਦੀਆਂ ਹੁੰਦੀਆਂ ਹਰ ਸਾਲ, ਉਹ ਵੀ ਨਹੀਂ ਮਿਲੀਆਂ, 2 ਸਾਲ ਹੋ ਗਏ, ਕਿਤਾਬਾਂ ਲੇਟ ਹੋਈਆਂ, ਸਾਈਕਲ ਬੱਚਿਆਂ ਨੂੰ ਹੋਣਾ ਮੇਰਾ ਹਸਪਤਾਲ ਨਹੀਂ ਲੱਗੇ ਦੇਣ, 2 ਸਾਲ ਤੋਂ ਬੰਦ ਹੀ ਰੱਖਿਆ ਕੰਮ, ਪਰ ਟੋਟਲ ਸਕੀਮਾਂ ਜਿਹੜੀਆਂ ਉਹ ਨੁਕਾਰੀਆਂ ਕਰ ਕਰਕੇ ਬੰਦ ਹੋਣ ਦੇ ਕਿਨਾਰੇ ਜਿਹੜੀਆਂ ਆ ਗਈਆਂ। ਉਹਦਾ ਲੇਖਾ ਜੋਖਾ ਕਰਨ ਵਾਸਤੇ ਵੀ ਹੁਣ ਚੋਣਾਂ ਆ ਰਹੀਆਂ, ਤਾਂ ਉਹ ਹਿਸਾਬ ਕਿਤਾਬ ਲੋਕ ਉਹਨਾਂ ਤੋਂ ਮੰਗਣ ਵੀ ਆਹ ਤੁਸੀਂ ਵਾਅਦੇ ਕੀਤੇ, ਦੱਸੋ ਉਹ 'ਚ ਕਿਹੜਾ ਜਿਹੜਾ ਕਰਕੇ ਇਹਨੂੰ ਨੌਕਰੀ ਮਿਲੀ, ਜਾਂ ਕਿ ਕਿਸਾਨ ਵੀਰ ਦਾ ਕਰਜ਼ਾ ਜਾਂ ਗਰੀਬਾਂ ਦੀਆਂ ਸਕੀਮਾਂ ਜਿਹੜੀਆਂ ਉਹਦੇ ਵਿੱਚ ਕਿਹੜੀ ਜਿਹੜੀ ਤੁਸੀਂ ਲਾਗੂ ਕੀਤੀ, ਉਹਦਾ ਹਿਸਾਬ ਕਿਤਾਬ ਕਰਨ ਵਾਸਤੇ ਜਿਹੜੀਆਂ ਇਹ ਮੀਟਿੰਗਾਂ ਸ਼ੁਰੂ ਕੀਤੀਆਂ। ਇਹ ਅੱਜ ਜਿਹੜੀ ਮਲੋੜ ਦੀ ਮੀਟਿੰਗ ਸੀ, ਸਰਦਾਰ ਹਰਪ੍ਰੀਤ ਸਿੰਘ ਜੀ MLA ਸਾਹਿਬ ਸਾਬਕਾ, ਇਹਨਾਂ ਦੀ ਅਗਵਾਈ ਥੱਲੇ ਸਾਡੇ ਬਾਕੀ ਜਥੇਦਾਰ ਜਿਹੜੇ ਨਾਲ ਆਏ।